ਸਤਿ ਸ੍ਰੀ ਅਕਾਲ ਜੀ। ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ ਪ੍ਰੈਸ ਕਾਨਫਰੰਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਆ ਆੜੇ ਹੱਥੀ। ਹੰਸਰਾਜ ਹੰਸ ਦੇ ਭਾਵੁਕ ਹੋਣ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ, ਕਿਹਾ ਬਹੁਤ ਸ਼ਾਤਰ ਹੈ ਹੰਸਰਾਜ ਹੰਸ। ਲੁਧਿਆਣਾ ਛੋੜ ਰਹੀ ਹੈ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ, ਚਿੱਠੀ ਪੱਤਰ ਦੇ ਉੱਤੇ ਰਾਜਾ ਵੜਿੰਗ ਨੇ ਵੀ ਜਤਾਈ ਸਹਿਮਤੀ। ਸੁਖਬੀਰ ਬਾਦਲ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਹਮਲਾ, ਬੀਤੇ ਦਿਨ ਪ੍ਰਧਾਨ ਮੰਤਰੀ ਆਏ ਸਨ ਪੰਜਾਬ ਦੇ ਵਿੱਚ ਰੈਲੀ ਤੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀ ਲਿਆ। ਚੰਨੀ ਦਾ ਕਹਿਣਾ ਹੈ ਕਿ ਬੀਤੇ ਦਿਨ ਭਾਜਪਾ ਸਰਕਾਰ ਵੱਲੋਂ ਪੰਜਾਬ 'ਚ ਹੋਏ ਚੋਣ ਪ੍ਰਚਾਰ ਵਿੱਚ ਕਿਸੇ ਵੀ ਤਰੀਕੇ ਦਾ ਪੰਜਾਬ ਨੂੰ ਫਾਇਦਾ ਪਹੁੰਚਾਉਣ ਵਾਲਾ ਕੋਈ ਵਾਅਦਾ ਨਹੀਂ ਕੀਤਾ ਗਿਆ। ਬੀਤੇ ਦਿਨ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰੈਲੀ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਦੇ ਕੀਤੇ ਕੰਮ ਗਿਣਾਏ। ਹੁਣ ਇਸ ਤੋਂ ਲੈ ਕੇ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਜਲੰਧਰ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਸਰਕਾਰ ਤੇ ਤੰਜ ਕੱਸੇ ਗਏ ਨੇ। ਚੰਨੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਆਉਣ ਵਾਲੇ ਸਮੇਂ ਲਈ ਕੋਈ ਰੋਡ ਮੈਪ ਨਹੀਂ ਦਿੱਤਾ ਗਿਆ। ਕੱਲ ਬੀਜੇਪੀ ਦੀ ਇੱਥੇ ਰੈਲੀ ਸੀ, ਹਰ ਕਿਸੇ ਨੂੰ ਸ਼ਹਿਰਦਾਰ ਨੂੰ ਬਹੁਤ ਆਸਾਂ ਉਮੀਦਾਂ ਸੀ ਕਿ ਕੋਈ ਵੱਡੀ ਸਾਡੇ ਵਾਸਤੇ ਸੌਗਾਤ ਦੇਣ ਦਾ ਕੋਈ ਐਲਾਨ ਹੋਏਗਾ, ਲੇਕਿਨ ਜਿੱਥੇ ਰੈਲੀ ਬਿਲਕੁਲ ਫਲੋਪ ਹੋ ਗਈ ਉੱਥੇ ਆਸਾਂ ਉਮੀਦਾਂ 'ਤੇ ਵੀ ਮੈਨੂੰ ਵੀ ਲੱਗਦਾ ਸੀ, ਦੇਖੋ ਮੈਂ ਸੱਚੀ ਦੱਸਾਂ, ਕਿ ਪ੍ਰਧਾਨ ਮੰਤਰੀ ਜੀ ਜਲੰਧਰ ਵਾਸਤੇ ਜਾਂ ਪੰਜਾਬ ਵਾਸਤੇ ਆਉਣ ਵਾਲੀ ਸਰਕਾਰ ਦੇ ਵਿੱਚ ਕੋਈ ਰੋਡ ਮੈਪ ਦੇ ਕੇ ਜਾਣਗੇ, ਅਸੀਂ ਕਿਆ ਕਿਆ ਕਰਾਂਗੇ। ਲੇਕਿਨ ਇਹ ਬੀਜੇਪੀ ਦੀ ਰੈਲੀ ਬਿਲਕੁਲ ਫਲੋਪ ਹੋ ਗਈ, ਕਹਿੰਦੇ ਵੀ ਉੱਥੀਆਂ ਪਹਾੜ ਨਿਕਲਿਆ ਚੂਹਾ ਵੀ ਨਹੀਂ। ਜੇ ਆਹੀ ਦਾਲ ਸੀ ਜਿਹੜੀ ਫੁਲਕਿਆਂ ਪਰ ਆਉਣੀ, ਫਿਰ ਇੰਨਾ ਰੌਲਾ ਕਾਹਦੇ ਵਾਸਤੇ ਸੀ? ਬੀਜੇਪੀ ਦੀ ਪੂਰੀ ਕੰਪੇਨ ਇਹ ਰੈਲੀ ਪਰ ਖੜੀ ਸੀ ਕਿ ਅਸੀਂ ਪਤਾ ਨਹੀਂ ਕਿਆ ਕਰਦਾਂਗੇ। ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ ਸੀ, ਮੈਂ ਵੀ ਚਾਹੁੰਦਾ ਸੀ ਕਿ ਕੁਛ ਨਾ ਕੁਛ ਪੰਜਾਬ ਵਾਸਤੇ ਰੋਡ ਮੈਪ ਦੇ ਕੇ ਜਾਣ, ਕੁਛ ਦੱਸਣ ਵੀ ਅਸੀਂ ਜਲੰਧਰ ਵਾਸਤੇ ਕਿਆ ਕਰਾਂਗੇ। ਲੇਕਿਨ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੱਲ੍ਹ ਰੈਲੀ ਦੇ ਵਿੱਚ ਕੋਈ ਵੀ ਪੰਜਾਬ ਵਾਸਤੇ ਵਾਅਦਾ ਵੀ ਨਹੀਂ ਕੀਤਾ ਗਿਆ। ਪੁਰਾਣਾ ਤਾਂ ਕੋਈ ਕੰਮ ਗਣਾਇਆ ਹੀ ਨਹੀਂ, ਨਾ ਹੈ ਹੀ ਹੈ, ਅੱਗੇ ਵਾਸਤੇ ਵੀ ਕੋਈ ਵਾਅਦਾ ਨਹੀਂ ਕੀਤਾ ਗਿਆ। ਮੈਨੂੰ ਉਮੀਦ ਸੀ ਕਿ ਇੱਥੇ ਦੀ ਇੰਡਸਟਰੀ ਨੂੰ ਰਿਵਾਈਵ ਕਰਨ ਵਾਸਤੇ ਕੋਈ ਐਲਾਨ ਕਰਕੇ ਜਾਣਗੇ, ਕੁਛ ਨਾ ਕੁਛ ਦੱਸ ਕੇ ਜਾਣਗੇ ਕਿ ਇਸ ਤਰ੍ਹਾਂ ਅਸੀਂ ਇੰਡਸਟਰੀ ਨੂੰ ਰਿਵਾਈਵ ਕਰਾਂਗੇ, ਜਿਹੜੀ ਕਿ 10 ਸਾਲ ਦੇ ਵਿੱਚ ਬੀਜੇਪੀ ਦੀਆਂ ਗਲਤ ਨੀਤੀਆਂ ਕਰਕੇ, ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇੰਡਸਟਰੀ ਇੱਥੇ ਦੀ ਖਤਮ ਹੋ ਰਹੀ ਹੈ। ਉਹਨੂੰ ਮੈਨੂੰ ਉਮੀਦ ਸੀ ਕੁਛ ਰਿਵਾਈਵ ਕਰਨ ਦਾ ਕਰਨਗੇ। ਜਲੰਧਰ ਵਾਸਤੇ ਮੈਨੂੰ ਉਮੀਦ ਸੀ ਕੋਈ ਇੰਸਟੀਚਿਊਟ, ਕੋਈ ਨਵੀਂ ਯੂਨੀਵਰਸਿਟੀ ਅੰਬੇਦਕਰ ਸਾਹਿਬ ਦੇ ਨਾਮ 'ਤੇ ਕਰਨਗੇ। ਮੈਨੂੰ ਉਮੀਦ ਸੀ ਕੋਈ ਹਸਪਤਾਲ ਦਾ ਅਨਾਊਂਸਮੈਂਟ ਕਰਨਗੇ ਕਿ ਇੱਥੇ ਅਸੀਂ ਏਮਜ਼ ਦੇਵਾਂਗੇ ਜਾਂ ਇੱਥੇ ਅਸੀਂ PGI ਲੈ ਕੇ ਆਵਾਂਗੇ। ਕੋਈ ਵੀ ਉਮੀਦ ਸਾਡੀ ਪੂਰੀ ਨਹੀਂ ਹੋਈ, ਜਲੰਧਰ ਨਿਵਾਸੀਆਂ ਨੂੰ ਨਿਰਾਸ਼ ਕਰਕੇ ਕੱਲ੍ਹ ਪ੍ਰਧਾਨ ਮੰਤਰੀ ਜੀ ਵਾਪਸ ਗਏ ਹੈ। ਹੁਣ ਦੇਖਣਾ ਹੋਵੇਗਾ ਭਾਜਪਾ ਵੱਲੋਂ ਕੀ ਪਲਟਵਾਰ ਆਉਂਦਾ ਹੈ ਤੇ ਭਾਜਪਾ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਇਸਦਾ ਜਵਾਬ ਕਿਵੇਂ ਦਿੰਦੀ ਹੈ। ਬੀਤੇ ਦਿਨੀ
ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ਭਾਵੁਕ ਹੋ ਕੇ ਕਿਹਾ ਗਿਆ ਸੀ ਕਿ ਜੇ 1 ਜੂਨ ਤੱਕ ਮੈਂ ਜਿਉਂਦਾ ਰਿਹਾ ਤਾਂ ਮਿਲਾਂਗਾ। ਉਨ੍ਹਾਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਮੇਰੇ ਮਗਰੋਂ ਲੋਕਾਂ ਨੂੰ ਦੱਸਣਾ ਜ਼ਰੂਰ ਕਿ ਇਹ ਸਾਡੇ ਨਾਲ ਸੀ ਤੇ ਇਸ ਨੂੰ ਬਲੀਦਾਨ ਦੇਣਾ ਪਿਆ। ਇਨ੍ਹਾਂ ਬਿਆਨਾਂ ਤੋਂ ਬਾਅਦ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ਜਵਾਬ ਦਿੱਤਾ ਹੈ। ਡੱਲੇਵਾਲ ਨੇ ਹੰਸ ਰਾਜ ਹੰਸ ਨੂੰ ਸ਼ਾਤਿਰ ਦੱਸਿਆ ਹੈ ਤੇ ਤਿੱਖੇ ਨਿਸ਼ਾਨੇ ਸਾਧੇ ਨੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਹਨਾਂ ਤੋਂ ਸਵਾਲ ਪੁੱਛਣ ਦਾ ਪ੍ਰੋਗਰਾਮ ਉਲੇਖਿਆ ਗਿਆ ਸੀ, ਪਰ ਕਿਸਾਨਾਂ ਦੀ ਇੱਕ ਵੀ ਗੱਲ ਨਹੀਂ ਸੁਣੀ ਗਈ ਕਿਉਂਕਿ ਥਾਂ ਥਾਂ ਤੇ ਨਾਕੇ ਲਗਾਏ ਗਏ ਹਨ। ਡੱਲੇਵਾਲ ਨੇ ਸਪਸ਼ਟ ਕੀਤਾ ਕਿ ਇੱਕ ਵੀ ਬੰਦਾ ਹੰਸ ਰਾਜ ਹੰਸ ਦੀ ਗੱਡੀ ਦੇ ਨੇੜੇ ਨਹੀਂ ਆਇਆ, ਕਿਉਂਕਿ ਪੁਲਿਸ ਨੂੰ ਵੀ ਪਤਾ ਸੀ ਕਿ ਜਿੱਥੇ ਕਿਸਾਨਾਂ ਨੂੰ ਰੋਕਣ ਲਈ ਨਾਕੇ ਲਗਾਏ ਗਏ ਹਨ ਉੱਥੇ ਹੰਸ ਰਾਜ ਹੰਸ ਨੂੰ ਕਿਉਂ ਲਿਆਂਦਾ ਜਾਏਗਾ। ਜੇ ਪਤਾ ਸੀ ਕਿ ਉਹ ਸੜਕ ਰੋਕੀ ਗਈ ਹੈ ਤੇ ਹੰਸ ਰਾਜ ਹੰਸ ਦਾ ਉੱਥੇ ਆਉਣਾ ਨਹੀਂ ਬਣਦਾ ਸੀ। ਇੱਕ ਬੀਜੇਪੀ ਦਾ ਉਮੀਦਵਾਰ ਹੰਸ ਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਹੈ, ਕੀ ਕਹਿੰਦਾ ਹੈ, ਕਹਿੰਦਾ ਉੱਥੇ ਪਰਛੇ ਤੇ ਕਿਰਪਾਨਾ ਲੈ ਕੇ ਆ ਗਏ, ਮੈਨੂੰ ਵੱਢ ਦੇਣਾ ਸੀ, ਮੈਨੂੰ ਮਾਰ ਦੇਣਾ ਸੀ, ਮੇਰੀ ਗੱਡੀ ਤੋੜਤੀ। ਪਹਿਲਾਂ ਤਾਂ ਮੈਂ ਸਪਸ਼ਟ ਕਰਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ। ਦੂਜੀ ਗੱਲ, ਹਾਂ ਸਵਾਲ ਇੱਥੇ ਦਾ ਇੰਪੋਰਟੈਂਟ ਸਮਝਣ ਵਾਲਾ ਕਿ ਬਈ ਹੰਸ ਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ, ਬੜੇ ਬੜੇ ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਭਰ ਕੇ ਲਾਈ ਬੈਠੇ ਹੋ, ਤਾਂ ਭਾਈ ਉੱਥੇ ਕਿਉਂ ਆਇਆ, ਕਿਉਂ ਲੈ ਕੇ ਆਂਦਾ ਉਹਨੂੰ ਉੱਥੇ? ਇਹਦਾ ਮਤਲਬ ਹੰਸ ਰਾਜ ਹੰਸ ਨੇ ਉੱਥੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਮੈਂ ਮਰਨ ਤੋਂ ਨਹੀਂ ਡਰਦਾ, ਮੈਂ ਪ੍ਰਪੇਅਰ ਹੋ ਕੇ ਗਿਆ ਸੀ। ਪ੍ਰਪੇਅਰ ਸ਼ਬਦ ਵਰਤਿਆ, ਸਮਝੋ ਜੇ ਪ੍ਰਪੇਅਰ ਸ਼ਬਦ ਕਿਉਂ ਵਰਤਿਆ। ਹੁਣ ਇਹਦੇ ਮਗਰ ਇੱਕ ਸਟ੍ਰੈਟਜੀ ਹੈ, ਇੱਕ ਰਣਨੀਤੀ ਹੈ, ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ RSS ਦੇ ਜਨਰਲ ਸੈਕਟਰੀ ਦਾ ਬਿਆਨ ਆਉਂਦਾ ਹੈ ਕਿ ਆਹ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ, ਆਹ ਜਿਹੜੇ ਲੋਕ ਅੰਦੋਲਨ ਕਰਦੇ ਨੇ, ਇਹ ਅਲਗਾਓਵਾਦੀ ਨੇ, ਇਹ ਖਾਲਿਸਤਾਨੀ ਨੇ, ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ। ਇਹ ਗੱਲ ਕਹੀ ਹੈ। ਉਸ ਗੱਲ ਨੂੰ ਪਕਿਆਉਣ ਦੇ ਲਈ, ਉਹਨੂੰ ਸੱਚ ਸਾਬਿਤ ਕਰਨ ਦੇ ਲਈ ਜੋ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ, ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇਹ ਨਿਕਲਦਾ ਕਿ ਉੱਥੇ ਜਾਣ ਬੁੱਝ ਕੇ ਆਇਆ। ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ, ਲੇਕਿਨ ਧੱਕੇ ਨਾਲ ਆਇਆ ਹੋਵੇ, ਲੇਕਿਨ ਉੱਥੇ ਆਇਆ, ਪ੍ਰਸ਼ਾਸਨ ਲੈ ਕੇ ਆਇਆ। ਮੈਂ ਤਾਂ ਇਹ ਕਹੂੰਗਾ ਨਲਾਇਕੀ ਪ੍ਰਸ਼ਾਸਨ ਦੀ ਹੈ। ਜਦੋਂ ਪਤਾ ਹੈ ਕਿ ਸੜਕ ਅੱਗੋਂ ਰੋਕੀ ਹੋਈ, ਉੱਥੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ ਸੀ, ਕੋਈ ਤੁੱਕ ਨਹੀਂ ਬਣਦੀ ਸੀ, ਔਰ ਉਹ ਉੱਥੇ ਆਏ। ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚੋਂ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ, ਲੋਕਾਂ ਨੂੰ ਇਹ ਕਿਹਾ ਇਹਨਾਂ ਨੇ, ਇੱਕ ਇਕੱਠ ਦੇ ਵਿੱਚ ਬੋਲੇ ਨੇ, ਕੀ ਕਹਿੰਦੇ ਆ ਕਿ 2 ਤਰੀਕ ਨੂੰ, 1 ਤਰੀਕ ਨੂੰ ਵੋਟਾਂ ਪੈ ਲੈਣ ਦਿਓ, 2 ਤਰੀਕ ਨੂੰ ਨਿਬੜਾਂਗੇ ਇਹਨਾਂ ਨਾਲ, ਛਿੱਤਰ ਮਾਰਾਂਗੇ ਇਹਨਾਂ ਦੇ, ਫਿਰ ਵੇਖਾਂਗੇ ਕਿਹੜਾ ਖੱਬੀ ਖਾਂ ਨਾਢੂ ਖਾਂ ਸਾਡੇ ਸਾਹਮਣੇ ਰੜਕਦਾ ਹੈ। ਦੇਖਣਾ ਹੋਵੇਗਾ ਕਿ ਡੱਲੇਵਾਲ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਸਰਕਾਰ ਵੱਲੋਂ ਕੀ ਟਿੱਪਣੀ ਦਿੱਤੀ ਜਾਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੋਕ ਸਭਾ ਚੋਣਾਂ ਵਿਚਾਲੇ ਲੁਧਿਆਣਾ ਵਿੱਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਸੰਬੰਧੀ ਵਾਇਰਲ ਹੋ ਰਹੀ ਲੈਟਰ ਤੋਂ ਕਾਂਗਰਸ ਵਿੱਚ ਭੱਜ ਦੌੜ ਮੱਚ ਗਈ ਹੈ। ਇਸ ਲੈਟਰ ਨੂੰ ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ KC ਵੇਣੁਗੋਪਾਲ ਦੇ ਲੈਟਰ ਹੈੱਡ ਤੇ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਪ੍ਰਧਾਨ ਦੇ ਤੌਰ ਤੇ ਰਾਜਾ ਵੜਿੰਗ ਦੀ ਸਹਿਮਤੀ ਦੇ ਨਾਲ ਲੁਧਿਆਣਾ ਵਿੱਚ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ ਕਰਨ ਦਾ ਜ਼ਿਕਰ ਕੀਤਾ ਗਿਆ ਹੈ।
ਅਸਲੈਟਾ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜਾ ਹੋਣ ਦੀ ਅਸਲ ਵਜ੍ਹਾ ਇਹ ਹੈ ਕਿ ਹਲਕਾ ਵੈਸਟ ਵਿੱਚ ਭਾਰਤ ਭੂਸ਼ਣ ਆਗੂ ਅਤੇ ਜਗਰਾਓ ਤੋਂ ਜੱਗਾ ਹਿੱਸੇਵਾਲ ਨੂੰ ਛੱਡ ਕੇ ਸਾਰੇ ਹਲਕਿਆਂ ਇੰਚਾਰਜਾਂ ਨੂੰ ਨਵੇਂ ਸਿਰੇ ਤੋਂ ਨਿਯੁਕਤ ਕਰ ਦਿੱਤਾ ਗਿਆ। ਦੱਸ ਦਈਏ ਕਿ ਇਸ ਲੈਟਰ ਨੂੰ ਖੁਦ ਰਾਜਾ ਵੜਿੰਗ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਪੇਜ ਤੇ ਸ਼ੇਅਰ ਕਰਦੇ ਫਰਜ਼ੀ ਦੱਸਿਆ ਗਿਆ। ਵੜਿੰਗ ਨੇ ਇਸ ਗੱਲ ਨੂੰ ਵਿਰੋਧੀਆਂ ਦੀ ਘਟੀਆ ਹਰਕਤ ਕਰਾਰ ਦਿੱਤਾ ਹੈ, ਜੋ ਆਪਣੀ ਹਾਰ ਸਾਹਮਣੇ ਦੇਖ ਕੇ ਬੌਖਲਾ ਗਏ ਹਨ। ਦੱਸ ਦਈਏ ਕਿ ਰਾਜਾ ਵੜਿੰਗ ਨੇ ਆਪਣੀ ਫੇਸਬੁੱਕ ਤੇ ਲਿਖਿਆ, ਆਪਣੀ ਹਾਰ ਸਾਹਮਣੇ ਦੇਖ ਵਿਰੋਧੀ ਹੁਣ ਘਟੀਆ ਹਰਕਤਾਂ ਤੇ ਉੱਤਰ ਆਏ ਹਨ। ਇਹ ਝੂਠੀ ਚਿੱਠੀ ਬਣਾ ਕੇ ਸੋਸ਼ਲ ਮੀਡੀਆ ਉੱਤੇ ਕਮਾਈ ਜਾ ਰਹੀ ਹੈ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਉਹ ਆਪਣੇ ਸਭ ਵਰਕਰ ਸਾਹਿਬਾਨਾਂ ਅਤੇ ਅਹੁਦੇਦਾਰ ਸਾਹਿਬਾਨਾਂ ਨੂੰ ਬੇਨਤੀ ਕਰਦੇ ਨੇ ਕਿ ਇਹ ਜੀਆਂ ਝੂਠੀਆਂ ਤੇ ਬੇਹੂਦੀਆਂ ਅਫਵਾਹਾਂ ਤੋਂ ਸਚੇਤ ਰਹੋ। ਵੜਿੰਗ ਨੇ ਕਿਹਾ ਕਿ ਆਪਾਂ ਸਭ ਨੇ ਇੱਕਜੁੱਟ ਹੋ ਕੇ ਇੱਕ ਜੰਗ ਜਿੱਤਣੀ ਹੈ ਤੇ ਇਹ ਘਟੀਆ ਹਰਕਤਾਂ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ। ਹੁਣ ਦੇਖਣਾ ਹੋਵੇਗਾ ਕਿ ਰਾਜਾ ਵੜਿੰਗ ਦੇ ਇਸ ਪੋਸਟ ਨੂੰ ਸੋਸ਼ਲ ਮੀਡੀਆ ਤੇ ਫਰਜ਼ੀ ਕਹਿਣ ਤੇ ਵਿਰੋਧੀ ਪਾਰਟੀ ਵੱਲੋਂ ਕੀ ਜਵਾਬ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੱਖੇ ਨਿਸ਼ਾਨੇ ਕੱਸੇ ਨੇ। ਸੁਖਬੀਰ ਬਾਦਲ ਨੇ ਦੀਨਾਨਗਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ, ਇਸੇ ਲਈ ਉਹ ਕਦੀ ਮੰਗਲਸੂਤਰ ਤੇ ਕਦੀ ਪਾਣੀ ਦੀਆਂ ਟੂਟੀਆਂ ਖੋਣ ਦੀ ਗੱਲ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਚੋਣ ਪ੍ਰਚਾਰ ਲਈ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਪਹੁੰਚੇ। ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਬੇ ਹੱਥੀ ਲਿਆ। ਸੁਖਬੀਰ ਬਾਦਲ ਨੇ ਕਿਹਾ, ਭਾਜਪਾ ਇੱਕ ਧਰਮ ਨੂੰ ਦੂਜੇ ਨਾਲ ਲੜਾਉਣਾ ਚਾਹੁੰਦੀ ਹੈ, ਇਹ ਦੇਸ਼ ਸਾਰਿਆਂ ਦਾ ਹੈ, ਘੱਟ ਗਿਣਤੀਆਂ ਦਾ ਵੀ ਦੇਸ਼ ਤੇ ਪੂਰਾ ਹੱਕ। ਚੋਣਾਂ ਦੇ ਆ ਰਹੇ ਰੁਝਾਨਾਂ ਨੇ ਪ੍ਰਧਾਨ ਮੰਤਰੀ ਦੇ ਪੈਰਾਂ ਹੇਠਾਂ ਜ਼ਮੀਨ ਖਿਸਕਾ ਦਿੱਤੀ ਹੈ। ਸੁਖਬੀਰ ਬਾਦਲ ਅਨੁਸਾਰ ਜੇਕਰ ਪ੍ਰਧਾਨ ਮੰਤਰੀ ਦੇ ਬਿਆਨਾਂ ਦਾ ਪੱਧਰ ਇੰਨਾ ਡਿੱਗ ਜਾਵੇ ਤਾਂ ਉਹਨਾਂ ਦੀ ਬੌਖਲਾਹਟ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੁਖਬੀਰ ਬਾਦਲ ਨੇ ਕਿਹਾ, ਭਾਜਪਾ 400 ਪਾਰ ਦਾ ਦਾਅਵਾ ਕਰ ਰਹੀ ਹੈ, ਪਰ ਮੌਜੂਦਾ ਹਾਲਾਤ ਦੇਖ ਲੱਗਦਾ ਹੈ ਕਿ ਭਾਜਪਾ ਦੀਆਂ 200 ਸੀਟਾਂ ਆਉਣੀਆਂ ਵੀ ਮੁਸ਼ਕਿਲ ਹਨ। ਅੱਜ ਜਿਹੜੀ ਹਾਲਾਤ ਮੈਂ ਦੇਸ਼ ਦੇਖ ਰਿਹਾ, ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣ ਦੀ ਸਾਜਿਸ਼ ਜੋ ਬੀਜੇਪੀ ਕਰ ਰਹੀ ਹੈ, ਬਹੁਤ ਖਤਰਨਾਕ ਚੀਜ਼ ਕਰ ਰਹੀ ਹੈ। ਦੇਖੋ, ਆ ਦੇਸ਼ ਸਾਰਿਆਂ ਦਾ, ਭਾਵੇਂ 1% ਵਾਧੀ ਹੈ, ਭਾਵੇਂ 2% ਵਾਧੀ ਹੈ, ਭਾਵੇਂ 5% ਵਾਧੀ ਹੈ, ਭਾਵੇਂ 70% ਵਾਧੀ ਹੈ, ਆ ਦੇਸ਼ ਸਾਰਿਆਂ ਦਾ। ਬੀਜੇਪੀ ਦੀ ਸੋਚ ਹੈ ਕਿ ਇੱਕ ਧਰਮ ਦੇ ਖਿਲਾਫ ਇੰਨਾ ਬੋਲੋ ਕਿ ਇੱਕ ਧਰਮ ਇਕੱਠਾ ਹੋ ਜਾਏ। ਪੋਲਰਾਈਜੇਸ਼ਨ ਦੀ ਪੋਲਿਟਿਕਸ ਅੱਜ ਚੱਲ ਰਹੀ ਹੈ। ਮੈਂ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਦੇ ਬਿਆਨ ਮੈਂ ਸੁਣੇ ਪਿੱਛੇ ਜੇ ਕਿ ਜੇ ਬੀਜੇਪੀ ਨੂੰ ਵੋਟਾਂ ਨਾ ਪਾਈਆਂ ਬੀਬੀਆਂ ਦੇ ਮੰਗਲ ਸੂਤਰ ਖੋਹ ਲੈਣਗੇ। ਇਹ ਤੋਂ ਮਾੜੇ ਬਿਆਨ ਕੈਸੇ ਕਿਵੇਂ ਹੋ ਸਕਦੇ ਹੈ? 70 ਸਾਲ ਤੱਕ ਕਿਸੇ ਨੇ ਖੋਏ ਨਹੀਂ ਤੇ ਹੁਣ ਕਿਵੇਂ ਹੋ ਜਾਣਗੇ? ਤੇ ਪਰਸੋਂ ਚੌਥੇ ਮੈਂ ਯੂਪੀ ਦਾ ਇਲੈਕਸ਼ਨ ਸੀ, ਪ੍ਰਧਾਨ ਮੰਤਰੀ ਕਹਿਣ ਲੱਗੇ ਜੇ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਘਰ ਦੀਆਂ ਪਾਣੀ ਵਾਲੀਆਂ ਟੂਟੀਆਂ ਖੋਹ ਕੇ ਲੈ ਜਾਵੇ। ਹੁਣ ਪਾਣੀ ਦੀ ਟੂਟੀਆਂ ਇਸ ਲੈਵਲ ਤੇ ਪ੍ਰਧਾਨ ਮੰਤਰੀ ਆ ਗਏ, ਇਹਦਾ ਮਤਲਬ ਕੀ ਹੈ? ਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੈ। ਜਿਹੜੇ 400 ਕਹਿ ਰਹੇ ਸੀ, ਮੈਨੂੰ ਲੱਗਦਾ 200 ਤੋਂ ਵੀ ਥੱਲੇ ਜਾਣ ਲੱਗੇ ਹੈ। ਨਾਲ ਗੁਆਂਢ ਹਰਿਆਣਾ, ਜਿੱਥੋਂ 10 ਤੇ 10 ਆਏ ਸੀ, ਅੱਜ ਮੈਨੂੰ ਲੱਗਦਾ 1-2 ਹੀ ਮਸਾਂ ਆਉਣਗੀਆਂ। ਦਿੱਲੀ 'ਚ ਵੀ ਪਿੱਛੇ ਚਲੇ ਗਏ ਹੈ, ਪੰਜਾਬ 'ਚ ਤਾਂ ਕਿਹੜਾ ਮਿਲਣਾ ਸੀ। ਅਕਾਲੀ ਦਲ ਪੰਜਾਬ ਦੀ ਪਾਰਟੀ ਹੈ,
ਖੇਤਰੀ ਪਾਰਟੀ ਹੈ, ਖਾਲਸਾ ਪੰਥ ਦੀ ਫੌਜ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਭਾਜਪਾ ਸਰਕਾਰ ਵੱਲੋਂ ਕੀ ਜਵਾਬ ਨਿਕਲ ਕੇ ਸਾਹਮਣੇ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੁਖਪਾਲ ਖਹਿਰਾ ਨੇ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ ਤੇ ਮੁੜ ਸਪਸ਼ਟੀਕਰਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਬਿਆਨ ਬਾਰੇ ਝੂਠ ਫੈਲਾ ਰਹੇ ਨੇ। ਉਹਨਾਂ ਨੇ ਪੰਜਾਬ 'ਚ ਹਿਮਾਚਲ, ਉੱਤਰਾਖੰਡ ਤੇ ਗੁਜਰਾਤ ਵਾਂਗ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਸੀ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਗੈਰ ਪੰਜਾਬੀਆਂ ਬਾਰੇ ਦਿੱਤੇ ਬਿਆਨ ਤੇ ਇੱਕ ਵਾਰ ਫਿਰ ਸਫਾਈ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ 'ਚ ਹਿਮਾਚਲ, ਉੱਤਰਾਖੰਡ ਤੇ ਗੁਜਰਾਤ ਵਾਂਗ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਸੀ। ਇਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੇ ਨੌਜਵਾਨ ਵੀ ਵਿਦੇਸ਼ਾਂ 'ਚ ਜਾ ਰਹੇ ਹਨ ਤਾਂ ਉਹ ਕਿਸੇ ਨੂੰ ਪੰਜਾਬ ਆਉਣ ਤੋਂ ਕਿਵੇਂ ਰੋਕ ਸਕਦੇ ਹਨ। ਖਹਿਰਾ ਨੇ ਕਿਹਾ ਸਾਡੇ ਨੌਜਵਾਨਾਂ ਵਿਦੇਸ਼ਾਂ 'ਚ ਉੱਥੇ ਦੇ ਕਾਨੂੰਨ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਵੀ ਉਹਨਾਂ ਦੇ ਬਿਆਨ ਨੂੰ ਲੈ ਕੇ ਬਿਹਾਰੀਆਂ ਨੂੰ ਭੜਕਾ ਰਹੇ ਹਨ। ਖਹਿਰਾ ਨੇ ਕਿਹਾ ਕਿ ਉਹਨਾਂ ਨੇ ਬਿਹਾਰੀਆਂ ਬਾਰੇ ਇੱਕ ਲਫ਼ਜ਼ ਵੀ ਗਲਤ ਨਹੀਂ ਬੋਲਿਆ। ਮੁੱਖ ਮੰਤਰੀ ਮਾਨ ਅਤੇ ਪ੍ਰਧਾਨ ਮੰਤਰੀ ਮੋਦੀ ਇਸ ਮਾਮਲੇ ਤੇ ਘਟੀਆ ਰਾਜਨੀਤੀ ਕਰ ਰਹੇ ਹਨ। ਹਾਂ, ਹੁਣ ਕੱਲ ਪਰਸੋਂ ਕਿਸੇ ਨੇ ਭਗਵੰਤ ਮਾਨ ਨੇ ਪੁੱਛਿਆ, ਉਹਨਾਂ ਨੇ ਉਹਨੇ ਮੇਰਾ ਮਜ਼ਾਕ ਦੇਖੋ ਕਿੱਦਾਂ ਉਡਾਇਆ, ਕਹਿੰਦਾ ਇੱਥੇ ਕੋਈ ਖਹਿਰਾ ਪੂਰਾ ਫਿਰਦਾ ਵਾ, ਉਹ ਬਾਹਰਲਿਆਂ ਨੂੰ ਕਹਿੰਦਾ ਆਉਣ ਨੀ ਦੇਣਾ, ਅਸੀਂ ਕਿੱਦਾਂ ਰੋਕ ਸਕਦੇ ਹਾਂ, ਸਾਡੇ ਵੀ ਤਾਂ ਬਿਆਨੇ ਕੈਨੇਡਾ ਅਮਰੀਕਾ ਜਾਂਦੇ। ਐਗਜੈਕਟਲੀ ਇਹੀ ਗੱਲ ਮੈਂ ਕਹਿੰਦਾ ਭਗਵੰਤ, ਜਦੋਂ ਸਾਡੇ ਬੱਚੇ ਬਾਹਰ ਜਾਂਦੇ ਨੇ ਕੈਨੇਡਾ, ਉਹ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ, ਕੈਨੇਡਾ ਦਾ ਕਾਨੂੰਨ ਅਪਣਾ ਕੇ ਜਾਂਦੇ ਨੇ, ਪਹਿਲਾਂ ਪਾਸਪੋਰਟ, ਫਿਰ ਵੀਜ਼ਾ, ਪਹੁੰਚ ਕੇ ਫਿਰ PR ਦੀ ਫਾਈਲ, 4-5 ਸਾਲ ਇੰਤਜ਼ਾਰ, 25-30 ਲੱਖ ਰੁਪਇਆ ਫੀਸ, ਕੈਨੇਡਾ ਐਵੇਂ ਲੈ ਲੈਂਦਾ ਕਿਸੇ ਨੂੰ। ਠੀਕ ਹੈ, ਮੈਂ ਕਹਿ ਰਿਹਾ ਕਿ ਪੰਜਾਬੀ ਅਗਰ ਕੰਮ ਕਰਨਾ ਚਾਹੁੰਦੇ ਗੈਰ ਪੰਜਾਬੀ, ਕੋਈ ਜਿੱਦਾਂ ਆਪਣੇ ਝੋਨਾ ਲਾਉਣ ਆਉਂਦੇ, ਜੀ ਸੱਤ ਕੇ ਆਓ, ਪੈਸੇ ਕਮਾਓ, ਪਰਿਵਾਰ ਪਾਲੋ, ਮੈਨੂੰ ਕੋਈ ਇਤਰਾਜ਼ ਨੀਗਾ। ਪਰ ਜੇ ਕਿਸੇ ਨੇ ਪੱਕਾ ਰਹਿਣਾ, ਇੱਥੇ ਨੌਕਰੀ ਲੈਣੀ ਆ, ਸਾਨੂੰ ਪਤਾ ਤਾਂ ਹੋਵੇ ਕੌਣ ਕਿੱਥੇ ਰਹਿ ਰਿਹਾ ਵਾ, ਸਾਡੀ ਆਬਾਦੀ ਕਿੱਥੇ ਆ, ਕਿਹੜਾ ਕੌਣ, ਕੋਈ ਨਫਰੀ, ਕੋਈ ਗਿਣਤੀ, ਹੁਣ ਤਾਂ ਪਤਾ ਹੀ ਕੋਈ ਨੀਗਾ। ਜਿਹੜਾ ਦਿਲ ਕਰਦਾ ਪੰਜਾਬ ਦੇ ਵਿੱਚ ਆ ਕੇ ਕਿੱਲਾ ਜ਼ਮੀਨ ਲੈ ਲਓ, 10 ਕਿੱਲੇ ਲੈ ਲਓ, ਘਰ ਬਣਾ ਲਓ, ਵੋਟਰ ਬਣ ਜਾਓ, ਨੌਕਰੀ ਲੈ ਲਓ, ਬਸ ਇੰਨੀ ਗੱਲ ਨੀ ਇਹਨਾਂ ਨੂੰ ਸਮਝ ਆਈ ਮੇਰੇ ਵੀਰੋਂ। ਅੱਛਾ ਮੋਦੀ ਸਾਹਿਬ ਦੇਖ ਲਓ, ਇਹ ਤਾਂ ਉਹ ਕੀ ਕਹਿੰਦੇ ਹੁੰਦੇ ਆ, ਆਪਣਾ ਮੂਰਖ ਹੈ ਹੀ ਹੈ। ਜਿਹੜਾ ਪ੍ਰਾਈਮ ਮਿਨਿਸਟਰ ਉਹ ਗਏ ਬਿਹਾਰ, 3 ਦਿਨ ਪੁਰਾਣੀ ਗੱਲ ਹੈ, ਸ਼ਾਇਦ ਤੁਹਾਡੇ ਚੋਂ ਕੁਛ TV ਤੇ ਕੁਛ ਸੁਣਿਆ ਹੋਵੇ। ਉੱਥੇ ਜਾ ਕੇ ਕਹਿੰਦਾ ਇੱਕ ਕਾਂਗਰਸ ਦਾ ਲੀਡਰ ਹੈ ਪੰਜਾਬ ਮੇ, ਉਹ ਬਿਹਾਰੀਓ ਕੋ ਪੰਜਾਬ ਮੇ ਘੁਸਣੇ ਨਹੀਂ ਦੇਤਾ, ਉਸਕਾ ਬਹਿਸ਼ਕਾਰ ਕਰਤਾ ਹੈ, ਬਹਿਸ਼ਕਾਰ ਮਤਲਬ ਬੋਇਕਾਟ। ਅੱਛਾ, ਨਾ ਮੈਂ ਬਿਹਾਰ ਕਿਹਾ, ਨਾ ਮੈਂ ਬੋਇਕਾਟ ਕਿਹਾ, ਇੱਕ ਪ੍ਰਾਈਮ ਮਿਨਿਸਟਰ ਇੱਕ ਬਿਹਾਰ ਦੀ ਰੈਲੀ ਜਾ ਕੇ ਉਹਨਾਂ ਤੋਂ ਵੋਟਾਂ ਲੈਣ ਦੀ ਖਾਤਰ ਝੂਠ ਬੋਲ ਰਿਹਾ ਯਾਰੋ। ਅੱਛਾ, ਭੁੱਲ ਗਿਆ ਬੋਲਦਾ, ਇੱਧਰ ਸੁਣੋ ਧਿਆਨ ਨਾਲ, ਗੁਜਰਾਤ ਵਿੱਚ ਵੀ ਇਹੀ ਕਾਨੂੰਨ ਚੱਲਣਾ, ਕੋਈ ਗੈਰ ਗੁਜਰਾਤੀ ਉੱਥੇ ਜ਼ਮੀਨ ਨਹੀਂ ਲੈ ਸਕਦਾ, ਵੋਟਰ ਨਹੀਂ ਬਣ ਸਕਦਾ, ਆਪਣਾ ਨਹੀਂ ਦੱਸਿਆ, ਮੇਰੇ ਤੇ ਤਾਂਸ ਕਸਤਾ। ਹੁਣ BJP ਨੇ ਉੱਤਰਾਖੰਡ 'ਚ ਵੀ ਕਾਨੂੰਨ ਬਣਾ ਦਿੱਤਾ, ਉੱਤਰਾਖੰਡ 'ਚ, ਜੰਮੂ ਕਸ਼ਮੀਰ ਵਿੱਚ ਸੀਗਾ ਪਰ ਮੋਦੀ ਨੇ ਤੋੜਤੀ ਸਟੇਟ, ਇਹੀ ਕਾਨੂੰਨ ਸੀਗਾ ਕਿ ਬਾਹਰੋਂ ਕੋਈ ਜਾ ਨਹੀਂ ਸਕਦਾ ਉੱਥੇ। ਇਹ ਤਾਂ ਸੂਬਿਆਂ ਨੇ ਬਣਾਏ ਨੇ ਕਿਉਂਕਿ ਅਸੀਂ ਆਪਣੀ ਜ਼ੁਬਾਨ, ਪੰਜਾਬੀਆਂ ਕੋਲ ਘਰ ਹੀ ਇੱਕ ਹੈ ਪੰਜਾਬ, ਸਿੱਖਾਂ ਦੇ ਕੋਲ ਘਰ ਹੀ ਇੱਕ ਹੈ ਪੰਜਾਬ। ਜੇ ਇਸ ਘਰ ਨੂੰ ਅਸੀਂ ਗਵਾ ਕੇ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਨੇ, ਜੇ ਕੱਲ ਨੂੰ 15-20-25 ਸਾਲ ਇਹ ਕਾਨੂੰਨ ਨਾ ਬਣਾਇਆ, ਗੈਰ ਪੰਜਾਬੀ ਇੱਡੀ ਵੱਡੀ ਤਾਦਾਦ ਚ ਆ ਜਾਣਗੇ, ਆਹ ਪੱਗ ਹੌਲੀ ਹੌਲੀ ਇੱਥੋਂ ਗਾਇਬ ਹੋਣ ਲੱਗ ਜੂਗੀ, ਪੰਜਾਬੀ ਜ਼ੁਬਾਨ ਘੱਟ ਜੂਗੀ, ਸਭਿਆਚਾਰ ਉੱਡ ਜੂਗਾ। ਇਹ ਮੈਂ ਬਚਾਉਣ ਵਿੱਚ, ਇਹ ਬਣਾਉਣ ਵਿੱਚ ਕੀ ਗਲਤ ਕੀਤਾ,
ਸਾਰੀਆਂ ਪਾਰਟੀਆਂ ਪਿੱਛੇ ਪਈਆਂ, ਖਹਿਰੇ ਨੇ ਐਂ ਕਰਤਾ ਜਿਵੇਂ ਖਹਿਰੇ ਨੇ ਕੋਈ ਖਾਲਿਸਤਾਨ ਮੰਗ ਲਿਆ ਹੁੰਦਾ, ਕੋਈ ਏਸ਼ੀਆ ਦੇਸ਼ ਵਿੱਚ ਕਾਨੂੰਨ ਕਹਿਣਾ, ਕੋਈ ਹਿਮਾਚਲ ਦਾ ਕਾਨੂੰਨ ਕਹਿਣਾ ਤੁਹਾਨੂੰ, ਕੋਈ ਗੁਜਰਾਤ ਦਾ ਕਾਨੂੰਨ ਕਹਿਣਾ। ਹੁਣ ਦੇਖਣਾ ਹੋਵੇਗਾ ਕਿ ਖਹਿਰਾ ਵੱਲੋਂ ਦਿੱਤੀ ਗਈ ਆਪਣੀ ਸਫਾਈ ਤੇ ਵਿਰੋਧੀ ਪਾਰਟੀਆਂ ਵੱਲੋਂ ਕੀ ਪਲਟਵਾਰ ਆਉਂਦਾ ਹੈ। ਭਲਕੇ ਤੋਂ ਸ਼ੁਰੂ ਹੋ ਰਹੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਭਾਜਪਾ ਉਨ੍ਹਾਂ ਤੇ ਹਮਲਾਵਰ ਹੋ ਗਈ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਵਿਧਾਨ ਸਭਾ ਚੋਣਾਂ ਮੌਕੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ ਤੇ ਸਵਾਲ ਚੁੱਕੇ ਨੇ, ਕਿਉਂਕਿ ਉਸ ਸਮੇਂ ਕੇਜਰੀਵਾਲ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਕਿਹਾ ਸੀ। ਜਾਖੜ ਨੇ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਨ ਵਾਲਿਆਂ ਨੂੰ ਸਵਾਤੀ ਮਾਲੀਵਾਲ ਤੋਂ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨਾਲ ਕੀ ਹੋਇਆ। ਜੇਕਰ ਮਹਿਲਾ ਸਸ਼ਕਤੀਕਰਨ ਦਾ ਦਾਅਵਾ ਕਰਨ ਵਾਲਿਆਂ ਦੇ ਰਾਜ ਵਿੱਚ ਇੱਕ ਮਹਿਲਾ ਸੰਸਦ ਮੈਂਬਰ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਰੱਖਿਅਤ ਨਹੀਂ ਤਾਂ ਪੰਜਾਬ ਅੰਦਰ ਕੀ ਹੋਵੇਗਾ। ਇਸ ਦੇ ਨਾਲ ਜਾਖੜ ਨੇ ਕਿਹਾ ਕਿ ਅੱਲਾ ਸਾਨੂੰ ਇਹੋ ਜਿਹੇ ਲੋਕਾਂ ਤੋਂ ਬਚਾਵੇ। ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹਮਨੇ ਚਾਲੂ ਕੀਆ ਹੈ। ਕੋਈ ਬਹਿਣ ਬੇਟੀ ਵੰਚਿਤ ਨਹੀਂ ਰਹੇਗੀ। ਪਹਿਲਾਂ ਮੈਡਮ ਮਾਲੀਵਾਲ ਸਾਹਿਬ ਨੂੰ ਕਿਤੇ ਪੁੱਛ ਲੈਂਦੇ ਵੀ ਉਹਨਾਂ ਨਾਲ ਕੀ ਹੋਇਆ। ਮਹਿਲਾ ਸਸ਼ਕਤੀਕਰਨ ਦੇ ਕਾਰਨ ਇੱਕ ਮਹਿਲਾ MP, ਵਿਮੈਨ ਕਮਿਸ਼ਨ ਦੀ ਚੇਅਰਮੈਨ, ਅਗਰ ਉਹ ਸੁਰੱਖਿਅਤ ਨਹੀਂ ਜਿਨ੍ਹਾਂ ਦੇ ਰਾਜ ਦੇ ਅੰਦਰ ਅਤੇ ਪੰਜਾਬ ਦੇ ਅੰਦਰ ਵੀ ਜਿਨ੍ਹਾਂ ਨਾਲ ਉਹਨਾਂ ਨੇ ਸਾਂਝ ਪਾਈ ਹੈ, ਇਹਨਾਂ ਦੇ ਤਾਂ ਘਰੇ ਬੁਲਾ ਕੇ ਕੁੱਟੇ ਜਾਂਦੇ ਹੈ। ਅਤੇ ਜਿਹੜੇ ਇਹਨਾਂ ਦੇ ਭਾਈਵਾਲ ਪਾਰਟੀ ਹੈ, ਆਮ ਆਦਮੀ ਪਾਰਟੀ ਦੀ, ਕਾਂਗਰਸ ਪਾਰਟੀ, ਉਹਨਾਂ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਆਪਣੇ ਕੰਨੋਂ, ਮੈਂ ਨਹੀਂ ਸਮਝਦਾ ਕੋਈ ਘਾਟ ਰੱਖੀ ਮਹਿਲਾ ਸਸ਼ਕਤੀਕਰਨ ਦੀ। ਅਤੇ ਮੈਂ ਸਮਝਦਾ ਵੀ ਇਹ ਜੇ ਸਸ਼ਕਤੀਕਰਨ ਤੋਂ ਅੱਲਾ ਬਚਾਏ ਐਸੇ ਸਸ਼ਕਤੀਕਰਨ ਸੇ। ਜਾਖੜ ਨੇ ਤਿਹਾੜ ਜੇਲ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਦੱਸਿਆ ਕਿ ਕੇਜਰੀਵਾਲ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਮੇਰੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਰਾਸ਼ਨ ਮਿਲ ਰਿਹਾ ਹੈ, ਕਿ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈ, ਤਾਂ ਭਗਵੰਤ ਮਾਨ ਨੇ ਜਵਾਬ ਦਿੱਤਾ ਸੀ ਕਿ ਉਸ ਕੋਲ ਖਾਣੇ ਦਾ ਇੱਕ ਇੱਕ ਦਾਣਾ ਪਹੁੰਚ ਰਿਹਾ ਹੈ। ਕੇਜਰੀਵਾਲ ਸਾਹਿਬ ਨੂੰ ਬੇਲ ਨਹੀਂ ਸੀ ਮਿਲੀ, ਤਿਹਾੜ ਜੇਲ੍ਹ 'ਚ ਸੀਗੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਉਹਨਾਂ ਨੂੰ ਮਿਲਣ ਗਏ। ਬਾਹਰ ਆ ਕੇ ਉਹਨਾਂ ਨੇ ਬਿਆਨ ਦਿੱਤੇ ਵੀ ਮੈਨੂੰ ਸ਼ੀਸ਼ੇ ਦੇ ਜ਼ਰੀਏ ਗੱਲ ਕਰਵਾਈ ਗਈ, ਪਰ ਕੇਜਰੀਵਾਲ ਸਾਹਿਬ ਦਾ ਦਰਦ ਛਲਕ ਰਿਹਾ ਸੀਗਾ ਵੀ ਉਹਨਾਂ ਨੇ ਮੈਨੂੰ ਪੁੱਛਿਆ, ਭਗਵੰਤ ਮਾਨ ਜੀ, ਕਿਆ ਪੰਜਾਬ ਕੇ ਅੰਦਰ ਮੇਰੀ ਜਨਤਾ ਕੋ, ਲੋਗੋ ਕੋ ਰਾਸ਼ਨ ਮਿਲ ਰਿਹਾ ਹੈ, ਨਹੀਂ ਮਿਲ ਰਿਹਾ, ਕੋਈ ਤਕਲੀਫ ਤਾਂ ਨਹੀਂ ਹੋ ਰਹੀ। ਅਤੇ ਭਗਵੰਤ ਮਾਨ ਜੀ ਕਹਿੰਦੇ, ਮੈਂ ਉਹਨਾਂ ਨੂੰ ਦੱਸਿਆ ਨਹੀਂ ਜੀ, ਰਾਸ਼ਨ ਦਾ ਇੱਕ ਇੱਕ ਦਾਣਾ ਪਹੁੰਚ ਰਿਹਾ, ਕਿਉਂਕਿ ਪਹੁੰਚ ਇਸ ਕਰ ਰਿਹਾ ਹੈ ਕਿਉਂਕਿ ਬੀਜੇਪੀ ਸਰਕਾਰ, ਸਾਰਾ ਕੁਛ ਬੀਜੇਪੀ ਸਰਕਾਰ ਦੇ ਰਹੀ ਹੈ, 5-5 ਕਿਲੋ ਰਾਸ਼ਨ ਆ ਉਹਨਾਂ ਦਾ ਰਿਹਾ, ਫੋਟੋ ਭਗਵੰਤ ਮਾਨ ਜੀ ਦੇ ਲੱਗ ਰਹੇ, ਕੋਈ ਪ੍ਰੋਬਲਮ ਨਹੀਂ। ਪਾਕਿਸਤਾਨ ਲੋਕ ਸਭਾ ਚੋਣਾਂ 2024 ਦੇ ਵਿੱਚ ਦਾਖਲ ਹੋ ਰਿਹਾ ਹੈ। ਵੋਟਿੰਗ ਦੇ 6ਵੇਂ ਪੜਾਅ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਜਨਤਕ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਕੀਤਾ ਹੈ। ਪਾਕਿਸਤਾਨ ਦੇ ਨੇਤਾ ਫਵਾਦ ਹੁਸੈਨ ਨੇ ਕੇਜਰੀਵਾਲ ਨੂੰ ਜਿਤਾਉਣ ਅਤੇ ਹੋਰ ਸੱਤਾ ਹਾਸਲ ਕਰਨ ਦੀ ਅਪੀਲ ਕੀਤੀ ਹੈ। ਇਸ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਕੇਜਰੀਵਾਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ ਨੇ। ਪਾਕਿਸਤਾਨ ਨੇਤਾ ਫਵਾਦ ਹੁਸੈਨ ਨੇ ਅਰਵਿੰਦ ਕੇਜਰੀਵਾਲ ਨੂੰ ਜਿਤਾਉਣ ਅਤੇ ਭਾਰਤ ਹਾਸਲ ਕਰਨ ਦੀ ਅਪੀਲ ਕੀਤੀ ਹੈ। ਫਵਾਦ ਦੀ ਅਪੀਲ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸਵਾਲ ਚੁੱਕੇ ਗਏ ਨੇ ਕਿ ਪਾਕਿਸਤਾਨ ਕਿਉਂ ਉਹਨਾਂ ਦਾ ਸਮਰਥਨ ਕਰ ਰਿਹਾ।
ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਹ ਸਵਾਲ ਅਰਵਿੰਦ ਕੇਜਰੀਵਾਲ ਨੂੰ ਸ਼ੱਕ ਦੇ ਘੇਰੇ ਵਿੱਚ ਖੜਾ ਕਰਦਾ ਹੈ। ਅੱਜ ਪਾਕਿਸਤਾਨ ਕੇ ਇੱਕ ਬਹੁਤ ਹੀ ਬੜੇ ਨੇਤਾ ਨੇ ਫਵਾਦ ਹੁਸੈਨ ਨੇ ਅਰਵਿੰਦ ਕੇਜਰੀਵਾਲ ਜੀ ਕੋ ਜਿਤਾਨੇ ਕੀ ਅਪੀਲ ਕੀ ਔਰ ਕਹਾ ਕਿ ਉਨਕੋ ਔਰ ਤਾਕਤ ਮਿਲੇ। ਪਾਕਿਸਤਾਨ ਕੀ ਸਰਕਾਰ, ਪਾਕਿਸਤਾਨ ਕੇ ਨੇਤਾ ਅਰਵਿੰਦ ਕੇਜਰੀਵਾਲ ਜੀ ਕੋ ਕਿਉਂ ਜਿਤਾਨਾ ਚਾਹਤੇ ਹੈ, ਕਿਉਂ ਇਨਕੋ ਔਰ ਪਾਵਰ ਦਿਲਵਾਨਾ ਚਾਹਤੇ ਹੈ? ਅਰਵਿੰਦ ਕੇਜਰੀਵਾਲ ਜੀ ਕੇ ਬਾਰੇ ਮੇ ਹਮਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਇਹ ਟਿੱਪਣੀ ਕਰਤੇ ਹੋਏ ਕਹਾ ਥਾ ਕਿ ਪਾਕਿਸਤਾਨ ਕੇ ਅੰਦਰ ਬੰਬ ਪਟਾਕੇ ਫੂਟੇਂਗੇ ਅਰਵਿੰਦ ਕੇਜਰੀਵਾਲ ਜੀ ਕੇ ਜੀਤ ਕੇ। ਔਰ ਅਬ ਫਵਾਦ ਹੁਸੈਨ ਕੇ ਬਿਆਨ ਸੇ ਸਪਸ਼ਟ ਹੋਤਾ ਹੈ ਕਿ ਕੋਈ ਨਾ ਕੋਈ ਮੰਸ਼ਾ ਹੈ, ਅਰਵਿੰਦ ਕੇਜਰੀਵਾਲ ਜੀ ਕੇ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਸੇ ਤਾਰ ਜੁੜੇ ਹੈ ਔਰ ਜੋ ਕਹਾ ਜਾਤਾ ਥਾ ਦੇਸ਼ ਕੇ ਤੋੜਨੇ ਵਾਲੋਂ ਸੇ ਇਹਨੋਨੇ ਪੈਸੇ ਲੀਏ ਹੈ, ਚੰਦਾ ਲਿਆ ਹੈ ਔਰ ਜੋ ਲੋਕ ਵਿਦੇਸ਼ੋਂ ਬੈਠੇ ਉਹ ਫੰਡਿੰਗ ਆਈ ਹੈ, ਕਭੀ ਦੁਬਈ ਸੇ ਆਈ ਹੈ ਤੋ ਕਭੀ UAE ਸੇ ਆਈ ਹੈ। ਇਹ ਸਾਰੀ ਬਾਤੇ ਇਸ਼ਾਰਾ ਕਰਤੇ ਹੈ ਕਿ ਅਰਵਿੰਦ ਕੇਜਰੀਵਾਲ ਜੀ ਕਾ ਕਿਸੀ ਨਾ ਕਿਸੀ ਤਰੀਕੇ ਸੇ ਦੇਸ਼ ਵਿਰੋਧੀਓ ਕੇ ਸਾਥ ਹਾਥ ਜੁੜੇ ਹੋਏ ਹੈ ਔਰ ਖਾਸ ਤੌਰ ਪਰ ਪਾਕਿਸਤਾਨ ਕੇ ਲੋਕ ਅਰਵਿੰਦ ਕੇਜਰੀਵਾਲ ਜੀ ਕੋ ਇਸੀ ਲਈ ਜਿਤਾਨਾ ਚਾਹਤੇ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇਸ਼ ਕੇ ਸਾਥ ਨਹੀਂ ਹੈ, ਦੇਸ਼ ਦਰੋਹੀ ਹੈ ਔਰ ਦੇਸ਼ ਤੋੜਨੇ ਵਾਲੋਂ ਕਾ ਸਾਥ ਦੇ ਰਹੇ ਹੈ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਤੇ ਮੌਜੂਦਾ MP ਬੀਬਾ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਖੁੱਡੀਆਂ ਪਹੁੰਚੇ ਹੋਏ ਨੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਜੱਦੀ ਪਿੰਡ ਦੱਸਿਆ ਜਾਣ ਵਾਲਾ ਇਹ ਇਲਾਕਾ ਜਿੱਥੇ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਨੇ। ਬੀਬਾ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਝੂਠਿਆਂ ਦੀ ਪਾਰਟੀ ਕਰਾਰ ਦਿੱਤਾ ਹੈ। ਉਹਨਾਂ ਨਾਲ ਹੀ ਸਵਾਲ ਚੁੱਕੇ ਨੇ ਕਿ ਮੰਤਰੀ ਸਾਹਿਬ ਦੇ ਪਿੰਡ ਵਿੱਚ ਕਿੰਨੇ ਅਜਿਹੇ ਲੋਕ ਨੇ ਜੋ ਵਿਦੇਸ਼ ਤੋਂ ਵਾਪਸ ਆਏ ਨੇ ਤੇ ਕਿੰਨੇ ਅਜਿਹੇ ਮੁੰਡੇ ਨੇ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਅੱਜ ਚੋਣ ਰੈਲੀ ਕਰਨ ਵਾਸਤੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਪਿੰਡ ਖੁੱਡੀਆਂ ਗੁਲਾਬ ਵਿਖੇ ਪਹੁੰਚੇ। ਇਸ ਮੌਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਮਸ਼ਹੂਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗੁਣਗਾਨ ਕੀਤੇ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਤਿੱਖੇ ਨਿਸ਼ਾਨੇ ਤੇ ਲਿਆ। ਬੀਬਾ ਬਾਦਲ ਨੇ ਲੋਕਾਂ ਨੂੰ ਪੁੱਛਿਆ ਕਿ ਮੰਤਰੀ ਸਾਹਿਬ ਦੇ ਪਿੰਡ ਵਿੱਚ ਕਿੰਨੇ ਨੌਜਵਾਨ ਵਿਦੇਸ਼ਾਂ 'ਚ ਵਾਪਸ ਆਏ ਨੇ ਤੇ ਕਿੰਨਿਆਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਕਿ ਜਿੱਥੇ ਅੱਜ ਇੰਨੀ ਸਾਰੀ ਝੂਠੀਆਂ ਸਰਕਾਰਾਂ ਜਿਹੜੇ ਲੋਕਾਂ ਨੂੰ ਝੂਠ ਮਾਰ ਕੇ ਲਾਰੇ ਲਾ ਕੇ ਝੂਠੀ ਗਾਰੰਟੀਆਂ ਦੇ ਕੇ ਇਹ ਸੱਤਾ ਹਾਸਲ ਕਰਦੀਆਂ ਨੇ ਤੇ ਸੱਤਾ ਵਿੱਚ ਬਹਿ ਕੇ ਲੋਕਾਂ ਤੋਂ ਵੀ ਦੂਰ ਹੋ ਜਾਂਦੀਆਂ ਨੇ ਤੇ ਆਪਣੀ ਗਾਰੰਟੀਆਂ ਤੇ ਵਾਅਦੇ ਵੀ ਭੁੱਲ ਜਾਂਦੀਆਂ ਨੇ। ਅੱਜ ਪੰਜਾਬ 'ਚ ਜਿੱਥੇ ਆਪਾਂ ਦੇਖ ਰਹੇ ਹਾਂ ਜਿਹੜੀ ਝਾੜੂ ਤੇ ਪੰਜੇ ਦੀ ਪਾਰਟੀ 2 ਸਾਲ ਪਹਿਲੇ ਇੱਕ ਦੂਜੇ ਦੇ ਖਿਲਾਫ ਲੜ ਕੇ ਆਈ ਸੀ, ਅੱਜ ਸਾਰੇ ਦੇਸ਼ 'ਚ ਝਾੜੂ ਤੇ ਪੰਜੇ ਨੇ ਗੱਠਜੋੜ ਕਰਕੇ ਨਵੀਂ ਪਾਰਟੀ ਖੜੀ ਕਰਤੀ ਹੈ ਇੰਡੀਆ ਅਲਾਇੰਸ ਨਾਮ ਦੀ। ਕਿਸ ਲਈ ਖੜੀ ਕਰਤੀ ਹੈ? ਕਿਉਂਕਿ ਕੁਰਸੀ ਤਾਂ ਹੀ ਪਹੁੰਚਦਾ ਹੈ, ਸੱਤਾ ਹਾਸਲ ਕਰਨੀ ਹੈ, ਇਸ ਕਰਕੇ ਨਹੀਂ ਕਿ ਦੋ ਕਰਕੇ ਇਕੱਠੇ ਹੋ ਕੇ ਲੋਕਾਂ ਦੀ ਦੁੱਗਣੀ ਸੇਵਾ ਕਰਨੀ ਹੈ। ਸੇਵਾ ਤਾਂ ਕੀ ਕਰਨੀ ਜਦ ਮੌਕਾ ਤੁਸੀਂ ਦਿੱਤਾ ਸੀ ਪੰਜੇ ਵਾਲਿਆਂ ਨੂੰ, ਘਰ ਘਰ ਨੌਕਰੀ ਕਿਤੇ ਘਰ ਆਈ, ਕਰਸਾਨੀ ਕਰਜ਼ਾ ਕਿਹਦਾ ਮਾਫ਼ ਹੋਇਆ, ਬੀਬੀਆਂ ਨੂੰ ਤਾਂ ਕਹਿੰਦੇ ਸੀ ਕਿ ਉਹ ਖੰਡ ਸ਼ੱਕਰ ਚਾਹ ਪੱਤੀ ਕੀ ਦੇਣੀ ਸੀ, ਬਾਦਲ ਸਾਹਿਬ ਦੇ ਦਿੱਤੇ ਹੋਏ ਕਾਰਡ ਤਾਂ ਤੁਹਾਡੇ ਕੱਟ ਛੱਡੇ, ਕਣਕ ਤੁਹਾਡੀ ਅੱਧੀ ਕਰਤੀ, ਸਾਰ ਕਿਸੇ ਦੀ ਲਿੱਤੀ ਨਹੀਂ, ਤੇ ਫਿਰ ਇਹਨਾਂ ਦੀ ਭਾਈਵਾਲ ਝੂਠੀ ਪਾਰਟੀ ਝਾੜੂ ਇਸ ਤੋਂ ਵੱਡੇ ਝੂਠ ਮਾਰ ਕੇ ਆ ਗਈ ਕਿ ਲੋਕਾਂ ਬੀਬੀਆਂ ਨੂੰ ਤਾਂ ਹਜ਼ਾਰ ਹਜ਼ਾਰ ਰੁਪਏ ਦੀ ਗਾਰੰਟੀ ਦੇ ਦਿੱਤੀ, ਹਜ਼ਾਰ ਰੁਪਏ ਦਾ ਸਪਨਾ ਦਿਖਾ ਕੇ ਅੱਜ ਹੱਸਦਾ ਹੈ ਉੱਥੇ ਬੈਠ ਕੇ, ਕਹਿੰਦਾ ਬੀਬੀਆਂ ਨੂੰ ਹਜ਼ਾਰ ਰੁਪਏ ਦਾ ਮੈਂ ਸਪਨਾ ਦਿਖਾਇਆ, ਇਹਨਾਂ ਦੀ ਵੋਟਾਂ ਲੁੱਟੀਆਂ ਤੇ ਮੇਰੀ ਇੰਨੀ ਵੱਡੀ ਸਰਕਾਰ ਬਣ ਗਈ, ਸਾਡੀ ਜ਼ਿੰਦਗੀ 'ਚ ਤਾਂ ਵੱਡਾ ਬਦਲਾਵ ਆ ਗਿਆ, ਇਹਨਾਂ ਦੇ ਵਿਆਹ ਹੋ ਗਏ, ਇਹਨਾਂ ਦੇ ਬੱਚੇ ਜੰਮ ਗਏ, ਦੋ ਵਿਆਹ ਕਰੀ ਬੈਠੇ ਨੇ, ਵਿਆਹ ਕਰਨ ਤੋਂ ਇਲਾਵਾ ਇਹਨਾਂ ਨੇ ਲੋਕਾਂ ਦਾ ਕੀ ਸਵਾਰਿਆ ਹੈਗਾ, ਕੋਠੀਆਂ ਇਹਨਾਂ ਦੀ ਆ ਗਈ, ਸਿਕਿਉਰਟੀਆਂ ਮਕਾਨ ਇਹਨਾਂ ਦੇ ਆ ਗਏ, ਬਦਲਾਵ ਤਾਂ ਇਹਨਾਂ ਦੀ ਜ਼ਿੰਦਗੀ 'ਚ ਆਇਆ ਹੈ। ਤੁਹਾਡਾ ਬਦਲਾਵ ਕੀ ਆਇਆ ਹੈ ਕਿ ਤੁਹਾਡੇ ਖਾਤੇ ਅਜੇ ਵੀ ਖਾਲੀ ਬੈਠੇ ਨੇ, ਕਿਸੇ ਬੀਬੀ ਨੂੰ 26,000 ਹੱਕ ਤਾਂ ਨਹੀਂ ਮਿਲਿਆ, ਜਿਹੜਾ ਬਾਦਲ ਸਾਹਿਬ ਸ਼ਗਨ ਦਿੰਦੇ ਸੀ ਉਹ ਦੇਣਾ ਤਾਂ ਕੀ ਸੀ, ਹਜ਼ਾਰਾਂ ਦੇ ਸ਼ਗਨ ਤੁਹਾਡੇ ਰੋਕ ਛੱਡੇ, ਝਾੜੂ ਮਾਰਤਾ ਕਿਸੇ ਨੂੰ ਸ਼ਗਨ ਦਾ, ਗਰੀਬ ਧੀ ਨੂੰ ਚੈੱਕ ਨਹੀਂ ਆਉਂਦਾ,
ਵਜੀਫੇ ਆਉਂਦੇ ਸੀ ਹਜ਼ਾਰਾਂ ਦੇ, ਉਹਦੇ ਉੱਤੇ ਝਾੜੂ ਮਾਰਤਾ। ਸਾਈਕਲਾਂ ਆਉਂਦੀਆਂ ਸੀ ਉਹਦੇ ਉੱਤੇ ਝਾੜੂ ਮਾਰਤਾ। ਮਕਾਨ ਦੇ ਚੈੱਕ ਆਉਂਦੇ ਸੀ ਹਜ਼ਾਰਾਂ ਦੇ, ਉਹਦੇ ਉੱਤੇ ਚੈੱਕ ਝਾੜੂ ਮਾਰਤਾ। ਭਾਵੇਂ ਬੱਚਿਆਂ ਦਾ ਖੇਡਾਂ ਦਾ ਸਮਾਨ ਸੀ, ਭਾਵੇਂ ਚੁੱਲਾ ਸੀ, ਗੈਸ ਸਿਲੰਡਰ ਸੀ, 200 ਯੂਨਿਟ ਬਿਜਲੀ ਦੇ ਮਾਫ ਸੀਗੇ। ਜੋ ਜੋ ਸਹੂਲਤਾਂ ਬਾਦਲ ਸਾਹਿਬ ਦਿੰਦੇ ਸੀ, ਹਰੇਕ ਸਹੂਲਤ ਦੇ ਉੱਤੇ ਇਹਨਾਂ ਨੇ ਝਾੜੂ ਮਾਰ ਕੇ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਝਾੜੂ ਮਾਰ ਛੱਡਿਆ। ਤੇ ਕਹਿੰਦੇ ਤਾਂ ਸੀ ਰੰਗਲਾ ਪੰਜਾਬ ਇਹੋ ਜਿਹਾ ਹੋਊਗਾ ਜਿੱਥੇ ਹਰ ਘਰ 'ਚ ਇੰਨੀਆਂ ਨੌਕਰੀਆਂ ਹੋਣਗੀਆਂ ਕਿ ਇੱਥੇ ਕੋਈ ਧਰਨਾ ਹੀ ਨਹੀਂ ਲੱਗੂਗਾ, ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਾਂਗਾ ਤੇ ਉਹ ਬਾਹਰੋਂ ਆ ਕੇ ਬੱਚੇ ਇੱਥੇ ਕੰਮ ਕਰਨਗੇ। ਦੱਸੋ ਖੁੱਡੀਆਂ ਪਿੰਡ 'ਚ ਕਿੰਨੇ ਬੱਚੇ ਬਾਹਰੋਂ ਆਏ ਨੇ 2.5 ਸਾਲ ਦੇ ਵਿੱਚ? ਕਿਹੜਾ ਕੱਚਾ ਮੁਲਾਜ਼ਮ ਇਹਨਾਂ ਨੇ ਪੱਕਾ ਕੀਤਾ? ਕੋਈ ਹੱਕ ਮਾਰਦਾ ਤਾਂ ਡਾਂਗਾਂ ਨਾਲ ਕੁੱਟ ਖਾਂਦਾ ਹੈ। ਤੇ ਇਸ਼ਤਿਹਾਰ ਇੰਨੇ ਵੱਡੇ ਵੱਡੇ ਹਜ਼ਾਰਾਂ ਰੁਪਏ ਖਰਚ ਕੇ, ਪੰਜਾਬ 'ਚ ਬੇਰੋਜ਼ਗਾਰੀ ਖਤਮ, 40,000 ਨੌਜਵਾਨਾਂ ਨੂੰ ਨੌਕਰੀ, ਦੱਸੋ ਫਿਰ ਮੰਤਰੀ ਸਾਹਿਬ ਦੇ ਪਿੰਡ 'ਚ ਕਿਹੜੇ ਬਜ਼ਾਕ ਨੂੰ ਨੌਕਰੀ ਮਿਲੀ? ਹੱਥ ਖੜਾ ਕਰਕੇ ਦਿਖਾਓ। ਮੰਤਰੀ ਦੇ ਪੋਤੇ ਨੂੰ ਬਸ ਆਪ ਤੇ, ਇਹਨਾਂ ਦੀ ਆਮ ਆਦਮੀ ਸਿਰਫ ਆਪ ਦੇ ਲੋਕਾਂ ਤੇ, ਜਿਨ੍ਹਾਂ ਨੇ ਦਰੀਆਂ ਵਿਛਾਈਆਂ, ਜਿਨ੍ਹਾਂ ਨੇ ਇਹਨਾਂ ਵਾਸਤੇ ਕੰਮ ਕੀਤਾ, ਅੱਜ ਉਹ ਬੇਗਾਨੇ ਹੋ ਕੇ ਤੇ ਆਪ ਦੇ ਜਵਾਕ ਹੀ ਇਹਨਾਂ ਨੂੰ ਯਾਦ ਆਉਂਦੇ ਨੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਦੂਜੇ ਨੂੰ ਤਿੱਖੇ ਸ਼ਬਦੀ ਹਮਲੇ ਕਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਵੀ ਚੱਲ ਰਿਹਾ ਹੈ। ਉੱਤੇ ਹੀ ਹਰ ਪਾਰਟੀ ਜਨਤਾ ਨੂੰ ਆਪਣੇ ਕੰਮ ਗਨਾਉਣ ਵਿੱਚ ਲੱਗੀ ਹੋਈ ਹੈ, ਪਰ ਵੇਖਣਾ ਇਹ ਹੋਵੇਗਾ ਕਿ ਜਨਤਾ 1 ਜੂਨ ਨੂੰ ਕੀ ਫੈਸਲਾ ਲੈਂਦੀ ਹੈ। ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ ਪ੍ਰੈਸ ਕਾਨਫਰੰਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਆ ਆੜੇ ਹੱਥੀ। ਹੰਸਰਾਜ ਹੰਸ ਦੇ ਭਾਵੁਕ ਹੋਣ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ, ਕਿਹਾ ਬਹੁਤ ਸ਼ਾਤਰ ਹੈ ਹੰਸਰਾਜ ਹੰਸ। ਲੁਧਿਆਣਾ ਛੋੜੀਏ ਹਲਕਾ ਇੰਚਾਰਜਾਂ ਦੀ ਨਵੇਂ ਸਿਰੇ ਤੋਂ ਨਿਯੁਕਤੀ, ਚਿੱਠੀ ਪੱਤਰ ਦੇ ਉੱਤੇ ਰਾਜਾ ਵੜਿੰਗ ਨੇ ਵੀ ਜਤਾਈ ਸਹਿਮਤੀ। ਸੁਖਬੀਰ ਬਾਦਲ ਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਹਮਲਾ, ਬੀਤੇ ਦਿਨ ਪ੍ਰਧਾਨ ਮੰਤਰੀ ਆਏ ਸਨ ਪੰਜਾਬ ਦੇ ਵਿੱਚ ਰੈਲੀ ਤੇ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।